अज दी तरीक ना अपनी डायरी च लिख लो। असी तां दिल दी डायरी लाई हुई है तेरे वास्ते। लिखा भी की लिखाना? अगले साल अपां लोहड़ी वंडांगे। अगले साल अपां? रब ने साडी सुन ली, मेरे अंदर निक्का जिहा कुछ खेड़दा है। कुगी पाजी ने बड़ी सोहनी गल कही सी, कहिंदे मां तो छोटा शब्द भी कोई नहीं ते मां तो वड्डा शब्द भी कोई नहीं। तो मैं दस नहीं सकता कि मैंने कितनी खुशी हुई इस प्रोजेक्ट के नाल जुड़न दी, है ना। सो काफ़ी साल पहला गिप्पी वीरे ने सानू वन लाइनर स्क्रिप्ट का सीगा जिहड़ा सुनाया हुआ सी, तो मैंने ऑलरेडी पता सीगा कि बहुत वड्डा ऑलरेडी सबजैक्ट है, क्योंकि माँ जिते जुड़ गई है ना, तो वो जिहड़ा करैक्टर है तकदीर का, है ना, वो बहुत मतलब हाँ जी स्पैशल है मेरे लिए, है ना। सो जिहड़ा ट्रेलर दे विच उहदी झलक पै रही है कि वह नैगेटिव आ, नहीं नैगेटिव नहीं है, वो एक सर्टन एज ग्रुप हुंदा, जदों आपां टीनएज दे विच हुंदे आ, जदों आपां कॉलेज जाने आ, है ना, वो अपना एक चिड़चिड़ापन, है ना, वो जिहड़ा वैसे ही बिहेवियर दे विच आ जांदा, तो वो सब तो ज़्यादा आपां अपने घरदिआं दे नाल दिखाउंदे आ, क्योंकि आपां नूं हाँ माँ दे नाल दिखाउंदे आ, है ना, वो चाहे तुसीं हो, आपां सारे, मैनूं लगदा कि वो एक क्योंकि हक इन्ना हुंदा उस रिश्ते दे उपर, माँ दे उपर, कि आपां नूं पता हुंदा कि आपां जो मर्जी कह लईए, जो मर्जी कर लईए, ਕਹਿੰਦਾ ਨੇ ਸਾਨੂੰ ਇਹ ਛੱਡ ਕੇ ਨਹੀਂ ਜਾ ਸਕਦੇ, ਨਾ ਆਪਾਂ ਇਹਨਾਂ ਨੂੰ ਛੱਡ ਕੇ ਜਾ ਸਕਦੇ ਨਾ। 6 ਮਹੀਨੇ ਵੱਡਾ ਮੈਂ ਮਮਾ ਉਹ ਤੋਂ ਛੋਟੇ ਨੂੰ ਹਰਾਉਂਦਾ ਚੰਗਾ ਲੱਗੂ, ਨਾਲੇ ਜੇ ਮੈਂ ਜਿੱਤ ਵੀ ਜਾਂਦਾ ਨਾ ਮੈਨੂੰ ਇੰਨੀ ਕੁ ਖੁਸ਼ੀ ਹੋਣੀ ਸੀ, ਇਹਦੇ ਜਿੱਤਣ ਦੀ ਨਾ ਐਡੀ ਖੁਸ਼ੀ ਹੁੰਦੀ ਆ। ਮਾਂ ਦੀ ਯਾਦ ਤਾਂ ਉਦੋਂ ਤੋਂ ਸ਼ੁਰੂ ਹੋ ਗਈ ਸੀ ਜਿੱਥੇ ਸਕ੍ਰਿਪਟ ਆਈ ਸੀ ਪੜ੍ਹਿਆ, ਪਰ ਕਿਉਂਕਿ ਮੇਰਾ ਕਿਰਦਾਰ ਉੱਦਾਂ ਦਾ ਹੈ ਕਿ ਮੈਂ ਮਾਂ ਦੀ ਜੋ ਜਰਨੀ ਹੈ ਪੂਰੀ ਲਾਈਫ ਹੈ ਉਹ 'ਚ ਔਕੜਾ ਪੈਦਾ ਕਰਦਾ, ਰੁਕਾਵਟਾਂ ਪੈਦਾ ਕਰਦਾ, ਓਬਸਟੈਕਲਸ ਪੈਦਾ ਕਰਦਾ, ਪਰ ਉਹ ਹਰ ਵਾਰ ਕਿਸੇ ਨਾ ਕਿਸੇ ਤੋਂ ਅੱਗੇ ਨਿਕਲਦੀ ਹੈ, ਜਿੱਤਦੀ ਹੈ। ਲਾਸਟ ਜਾ ਕੇ ਮੈਂ ਰਿਸਪੈਕਟ ਵੀ ਕਰਦਾ, ਰਿਅਲਾਈਜ਼ ਵੀ ਕਰਦਾ ਕਿ ਯਾਰ ਮੈਂ ਗਲਤ ਸੀ ਜੋ ਸੌਰਵ ਨੂੰ ਤੰਗ ਕੀਤਾ। ਨਿਕਲ, ਤੂੰ ਸਾਡੇ 8 ਕਿੱਲੇ ਦੱਬਣ ਦੀ ਸੋਚੀ ਸੀ ਨਾ 24 ਸਾਲ ਪਹਿਲਾਂ, 8 ਕਿੱਲੇ ਨੂੰ 30 ਕਿੱਲੇ ਦਾ ਬਣਾਇਆ ਮੈਂ। ਹੱਥ ਦੀ ਖੋਈ ਜਾ ਸਕਦੀ ਆ, ਮੱਥੇ ਦੀ ਲਿਖੀ ਨਹੀਂ। ਕਿ ਮੈਂ ਅਗਰ ਅੱਜ ਐਕਟਰ ਹਾਂ, ਇਹਦੇ ਪਿੱਛੇ ਵੀ ਮੇਰੀ ਮਾਤਾ ਜੀ ਦਾ ਹੱਥ ਹੈ, ਕਿਉਂਕਿ ਉਹਨਾਂ ਨੇ ਮੈਨੂੰ ਕਦੇ ਰੋਕਿਆ ਨਹੀਂ। ਜੇ ਫਾਦਰ ਸਾਹਿਬ ਨੇ ਕਿਹਾ ਵੀ ਉਹਨਾਂ ਉਹ ਮੇਰੇ ਲਈ ਡਟੀ ਲੜੀ, ਮੈਂ ਬੰਬੇ ਗਿਆ ਤਾਂ ਵੀ ਕਿਉਂ ਨਹੀਂ, ਪੁੱਤ ਤੇਰਾ ਜੋ ਹੈ ਸਪਨਾ ਤੂੰ ਪੂਰਾ ਕਰ। ਅਤੇ ਬਸ ਹੁਣ ਥੋੜ੍ਹਾ ਇਹ ਹੈ ਕਿ ਮੈਂ ਇਸ ਵਕਤ ਤੋਂ ਦੁਨੀਆ 'ਤੇ ਨਹੀਂ ਹੈਗੇ ਅਤੇ ਮੈਂ ਮਿਸ ਕਰਦਾ ਹਾਂ। ਮੈਂ ਸਰਦਾਰ ਹੁੰਦਾ ਸੀ ਉਹ ਜੀ, ਬਾਲ ਕਟਾ ਦੇ ਅਤੇ ਫਾਦਰ ਸਾਹਿਬ ਮੇਰੇ ਕੋਲ ਇੱਥੇ ਸੀਗੇ, ਅਤੇ ਉਹ ਮੇਰੇ ਨਾਲ ਗੱਲ ਕਰਨੀ ਬੰਦ ਕਰਤੀ ਅਤੇ ਮੈਂ ਲੜਕੇ ਘਰੋਂ ਨਿਕਲ ਗਿਆ। ਇੱਥੇ ਰਿਹਾ ਲੁਧਿਆਣੇ, ਮੈਂ ਲੁਧਿਆਣੇ ਤੋਂ ਇੱਕ ਗੱਲ ਦੱਸ ਦਿੰਦਾ, ਅਤੇ ਮੈਂ ਭਾਰਤ ਨਾਲ ਚੌਂਕ ਕਿਸੇ ਔਫਿਸ ਜਾ ਕੇ ਰਹਿਣ ਲੱਗ ਗਿਆ। ਮੇਰੀ ਮਦਰ ਚੋਰੀ ਫਾਦਰ ਤੋਂ ਮੇਰੇ ਬ੍ਰਦਰ ਦੇ ਹੱਥ ਪੈਸੇ ਭੇਜਦੀ ਖਾਣਾ ਪੀ। ਤਿੰਨ ਦੋ ਮਹੀਨੇ ਬਾਹਰ ਰਹਿ ਗਈ ਮੈਂ, ਫਿਰ ਅਲਟੀਮੇਟਲੀ ਉਹ ਫਾਦਰ ਸਾਹਿਬ ਨੂੰ ਲੜੀ ਅਤੇ ਉਹਨਾਂ ਨੇ ਐਕਸੈਪਟ ਕੀਤਾ ਮੈਨੂੰ, ਅਤੇ ਅੱਜ ਮੈਂ ਰੂਪ ਰੋਇਆ ਐਜ਼ ਏ ਐਕਟਰ, ਕਲਾ ਦੀ ਵੈਲੂ ਪੈ ਗਈ। ਗੱਲ ਜੀ ਪੈਰੀ ਪੈਨੇ ਜੀ, ਕਾਫੀ ਬੰਦੇ ਬੈਠੇ ਤੁਹਾਨੂੰ ਸੁਣ ਰਹੇ ਇਸ ਵਕਤ, ਹਮਨੇ ਸਭ ਨੇ ਖਾਣਾ ਖਾ ਲਿਆ ਜੀ, ਇਹ ਬਤਾਨੇ ਕੇ ਲਈ ਹੈ। ਦੋ ਵਾਰ ਖਾ ਲਿਆ, ਆਰੂ ਸ਼ ਦੂਸਰੀ ਵਾਰ ਖਾਏਗੀ, ਅਬ ਖਾ ਲਿਆ ਤੀਸਰੀ ਵਾਰ ਖਾਏਗੀ। ਚਲੋ ਕੇ ਆਈ ਲਵ ਯੂ ਮਮ, ਟੇਕ ਕੇਅਰ। ਬਹੁਤ ਮੈਂ ਇਹ ਕਹਿਣਾ ਚਾਹੁੰਦੀ, ਮਾਂ ਚਾਹੇ ਇਨਸਾਨ ਦੀ ਹੋਵੇ ਚਾਹੇ ਜਾਨਵਰ ਦੀ ਹੋਵੇ ਚਾਹੇ ਪੰਛੀ ਦੀ ਹੋਵੇ, ਮਾਂ ਤੋਂ ਉੱਪਰ ਕੁਛ ਨਹੀਂ। ਕਿਤੇ ਕਿਤੇ ਵੀ ਦੇਖ ਲਓ, ਅਗਰ ਪੰਛੀ ਹੈ ਤਾਂ ਉਹ ਆਪਣੇ ਬੱਚਿਆਂ ਨੂੰ ਇੱਦਾਂ ਦੀ ਜਗ੍ਹਾ 'ਤੇ ਰੱਖੂਗਾ ਜਿੱਥੇ ਉਹ ਕਾਂ ਤੋਂ ਜਾਂ ਕਿਸੇ ਹੋਰ ਤੋਂ ਬਚਾ ਕੇ ਉਹਨੂੰ ਖਾਣਾ ਖੁਣਾ ਲਿਆ ਕੇ ਮੂੰਹ ਨਾਲ ਖਵਾਊਗਾ। ਸੇਮ ਤੁਸੀਂ ਅਗਰ ਜੰਗਲ 'ਚ ਦੇਖੋ ਜਾਨਵਰ, ਸ਼ੇਰ ਵੀ ਆਉਂਦਾ ਹੋਊਗਾ ਤਾਂ ਵੀ ਹਿਰਨ ਜਾਂ ਸਮਥਿੰਗ ਪਹਿਲਾਂ ਆਪਣੇ ਬੱਚੇ ਨੂੰ ਬਚਾਉਂਦਾ। ਇਨਸਾਨ 'ਚ ਵੀ ਹੁੰਦਾ ਕਿ ਉਹ ਮੀਂਹ ਹੋਵੇ ਹਨੇਰੀ ਹੋਵੇ ਅਤੇ ਮਾਂ ਬੱਚਿਆਂ ਨੂੰ ਗਾਣੇ 'ਚ ਵੀ ਸਾਡੇ ਹੈਗਾ ਸੁਰੱਖਿਅਤ ਜਗ੍ਹਾ 'ਤੇ ਰੱਖੂਗੀ, ਉਹਨੂੰ ਖੁਦ ਭੇਜ ਕੇ ਕਹਿੰਦੇ ਨੇ ਖੁਦ ਗਿੱਲੀ ਜਗ੍ਹਾ 'ਤੇ ਸੌਣ ਕੇ ਸੁੱਕੀ ਜਗ੍ਹਾ 'ਚ ਰੱਖਦੀ। ਜੇ ਕੋਈ ਹੋਰ ਵੱਡੀ ਅੜਚਨ ਆਏ ਜੋ ਸਾਡੀ ਫਿਲਮ 'ਚ ਵੀ ਦਿਖਾਇਆ ਗਿਆ, ਫਿਰ ਉਹ ਚੰਡੀ ਦਾ ਰੂਬੀ ਅਖਤਿਆਰ ਕਰ ਲੈਂਦੀ ਹੈ, ਮਮਤਾ ਨਾਲ ਭਰੀ ਹੋਈ ਮਾਂ ਚੰਡੀ ਦਾ ਰੂਬੀ ਬਣ ਜਾਂਦੀ ਹੈ। ਮਤਲਬ ਮਾਂ ਦੇ ਇੰਨੇ ਰੂਪ ਹੈ, ਇਸ ਕਰਕੇ ਕਹਿੰਦੇ ਉਹ ਰੱਬ ਦੇ ਰੂਪ ਨਾਲ ਵੀ ਵੱਡਾ, ਬਿਕੋਜ਼ ਇਟਸ ਲਾਈਕ ਅ ਯੂਨੀਵਰਸ। ਬਹੁਤ ਸਾਰੇ ਰਿਸ਼ਤੇ ਜਿੱਦਾਂ ਆਪਾਂ ਕਹਿੰਦੇ ਹਾਂ, ਇਹ ਰਿਸ਼ਤਾ ਉੱਦਾਂ ਦਾ ਕਿ ਇਹਨੂੰ ਸ਼ਬਦਾਂ 'ਚ ਆਪਾਂ ਬਿਆਨ ਮੈਨੂੰ ਲੱਗਦਾ ਨਹੀਂ ਕਰ ਸਕਦੇ। ਤੇਰੇ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖੀ ਮਾਲਕਾ। ਰੂਪ ਰੱਬ ਦਾ ਨੇ ਮਾਵਾਂ ਹੁੰਦੀਆਂ, ਰੂਪ ਰੱਬ ਦਾ ਨੇ ਮਾਵਾਂ ਹੁੰਦੀਆਂ, ਪਹਿਰਾਂ 'ਚ ਸਵਰਗ ਵਸੇ ਹਾਂ, ਪੈਰਾਂ 'ਚ ਸਵਰਗ ਵਸੇ ਹਾਏ, ਸਦਾ ਦਿਲ 'ਚ ਦੁਆਵਾਂ ਹੁੰਦੀਆਂ ਇਹਨਾਂ ਦੇ। ਮਤਲਬ ਇੰਡਸਟਰੀ ਕੇ ਟੌਪ ਮੋਸਟ ਆਰਟਿਸਟ ਹੈ ਹਮਾਰੇ ਫਿਲਮ ਮੇਂ, ਤੋ ਮੇਰੇ ਲਈ ਤੋ ਬਹੁਤ ਔਨਰ ਕੀ ਬਾਤ ਹੈ ਦੈਟ ਆਈ ਗੋਟ ਟੂ ਵਰਕ ਵਿਦ ਦੈਮ, ਚਾਹੇ ਜਿਤਨਾ ਵੀ ਵਟ ਐਵਰ ਮਾਈ ਸਕਰੀਨ ਟਾਈਮ ਵਿਲ ਬੀ ਵਿਦ ਦੈਮ, ਲੇਕਿਨ ਮੇਰੇ ਲਈ
मैं इस फिल्म का पार्ट हूँ चाहे छोटा पार्ट हूँ बट मेरे लिए वो भी बहुत बड़ी बात है। मेरा किरदार है जी का जिहड़ा इहदे विच सोने का जी उहदा नाम सोना वह दुग्गल भाई का वड्डा मुंडा ते वड्डा वीर मेरा छोटे भरा का 6-7 महीनों का जिदा वो कर रहा है रोल ते जिहड़ा किरदार है जी बोल नहीं सकता जोटा तू भी सोना तेरा नाम भी सोना सत श्रीकाल मैं हाँ शिखा संधीर तुसी वेख रहे हो डेली पोस्ट पंजाबी। कुगी पाजी ने बड़ी सोहनी गल कही सी कहिंदे माँ तो छोटा शब्द भी कोई नहीं ते माँ तो वड्डा शब्द भी कोई नहीं ते इसे दे बाबत हुण पंजाबी सिनेमा जगत एक फिल्म लैके आ रहा माँ। कहिंदे ने कि शब्द सुनते सार ही पता नहीं किन्ने सारे ख्याल मन दे विच दौड़दे ने बचपन तो लैके हुण तक जो भी आपां जीवा वह सिर्फ माँ की बदौलत है। ਤਾਂ ਇਸੇ ਦੇ ਬਾਬਤ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਇਸ ਫਿਲਮ ਦੀ ਸਾਰੀ ਸਟਾਰਕਾਸਟ ਅਤੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਅਤੇ ਪੂਰੇ ਸਫ਼ਰ ਬਾਰੇ ਵੀ ਗੱਲ ਕਰਾਂਗੇ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਇਹ ਪੂਰੀ ਫਿਲਮ ਬਣੀ ਅਤੇ ਕਿਸ ਵਿਜ਼ਨ ਨੂੰ ਲੈ ਕੇ ਫਿਲਮ ਜਿਹੜੀ ਹੈ ਤੁਰੀ। ਪਹਿਲਾਂ ਤਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਪਹਿਲਾਂ ਸ਼ੁਰੂਆਤ ਕਰਦੇ ਆਪਾਂ ਸਾਡੇ ਕੋਲ ਪਹਿਲੇ ਬੈਠੇ ਨੇ ਗਰਵਾਲ ਜੀ, ਦੱਸੋ ਕਿਸ ਤਰੀਕੇ ਦੇ ਨਾਲ ਇਹ ਫਿਲਮ ਜਿਹੜੀ ਹੈ ਤੁਹਾਡੇ ਤੱਕ ਪਹੁੰਚੀ ਅਤੇ ਪਹਿਲੀ ਗੱਲ ਤਾਂ ਮਾਂ ਸ਼ਬਦ ਤੁਹਾਡੇ ਤੱਕ ਜਦ ਪਹੁੰਚੀ ਹੋਣੀ ਕਿ ਫਿਲਮ ਮਾਂ ਆਉਣ ਵਾਲੀ ਹੈ ਤਾਂ ਤੁਸੀਂ ਨਾਂ ਤਾਂ ਕਰ ਹੀ ਨਹੀਂ ਪਾਏ ਹੋਵੋਗੇ। ਬਿਲਕੁਲ ਜੀ, ਅਤੇ ਬਾਕੀ ਸਾਰੇ ਬੜੇ ਵਧੀਆ ਬੰਦੇ ਫਿਲਮ ਨਾਲ ਜੁੜੇ ਹੋਏ ਸੀ ਅਤੇ ਬਲਜੀਤ ਸਿੰਘ ਦਿਓ ਭਾਅ ਜੀ ਮੈਂ ਡਾਇਰੈਕਟਰ ਸੀ, ਗਿੱਪੀ ਬਾਈ ਰਾਣੇ ਬਾਈ ਨੇ ਫਿਲਮ ਲਿਖੀ ਹੈ ਜੀ ਅਤੇ ਸਭ ਤੋਂ ਵੱਡੀ ਗੱਲ ਬੱਬਲ ਬਾਈ ਸੀ ਫਿਲਮ 'ਚ ਅਤੇ ਮੈਂ ਦੱਸਣਾ ਚਾਹੂੰਗਾ ਵੀ ਸਭ ਤੋਂ ਪਹਿਲਾਂ ਮੈਂ ਬੱਬਲ ਬਾਈ ਤੋਂ ਆਪਦਾ ਸਾਰਾ ਕੈਰੀਅਰ ਸਟਾਰਟ ਕੀਤਾ ਸੀ। ਬਾਈ ਨੇ ਮੈਨੂੰ ਚਾਂਸ ਦਿੱਤਾ ਸੀ, ਮੈਂ ਬਾਈ ਕੋਲ ਆਇਆ ਸੀ ਤਾਂ ਬਾਈ ਦਾ ਬੜਾ ਵੱਡਾ ਹੱਥ ਆ ਮੇਰਾ ਇੰਡਸਟਰੀ 'ਚ ਆਉਣ 'ਚ ਅਤੇ ਤਾਂ ਕਰਕੇ ਮੈਂ ਇੱਕ ਟਾਈਟਲ ਜਿਵੇਂ ਤੁਸੀਂ ਕਿਹਾ ਬਹੁਤ ਵਧੀਆ ਸੀ ਤਾਂ ਮੈਂ ਮਨਾ ਕਰ ਹੀ ਨਹੀਂ ਪਾਇਆ ਅਤੇ ਬੜੀ ਵਧੀਆ ਸਾਰੀ ਟੀਮ ਬੜੀ ਵਧੀਆ ਜੀ। ਬਿਲਕੁਲ ਬੱਬਲ, ਨੈਕਸਟ ਕੁਐਸਚਨ ਮੇਰਾ ਤੁਹਾਡੇ ਤੋਂ ਹੈ ਕਿ ਇਹ ਫਿਲਮ ਆਪਣੇ ਆਪ 'ਚ ਬੇਹੱਦ ਇੰਪੋਰਟੈਂਟ ਹੈ, ਇੱਕ ਪੰਜਾਬੀ ਇੰਡਸਟਰੀ ਨੂੰ ਵੀ ਆਈ ਗਈ ਇਸ ਫਿਲਮ ਜਿਹੜੀ ਹੈ ਇੰਟਰਨੈਸ਼ਨਲ ਲੈਵਲ 'ਤੇ ਵੀ ਲੈ ਕੇ ਜਾਣ ਦੀ ਇੱਕ ਕਾਬਲੀਅਤ ਰੱਖਦੀ ਹੈ। ਪਰ ਇੱਥੇ ਮੇਰਾ ਸਵਾਲ ਇਹ ਹੈ ਕਿ ਫਿਲਮ ਮਾਂ ਹੈ ਪਰ ਤੁਹਾਡਾ ਕਰੈਕਟਰ ਥੋੜ੍ਹਾ ਜਿਹਾ ਨੈਗੇਟਿਵ ਹੈ, ਸੋ ਤੁਸੀਂ ਨਾ ਕੀਤੀ ਸੀ ਜਾਂ ਕਿਸ ਤਰੀਕੇ ਦੇ ਨਾਲ ਤੁਹਾਡੀ ਗੱਲਬਾਤ ਹੋਈ ਜਦ ਤੱਕ ਤੁਹਾਡੇ ਕੋਲ ਇਹ ਰੋਲ ਪਹੁੰਚਿਆ? ਪਹਿਲਾਂ ਤਾਂ ਮੈਂ ਵੱਡਾ ਥੋੜ੍ਹਾ ਜ਼ਿਆਦਾ ਕਾਇੰਡ ਹੋ ਜਾਂਦਾ, ਜ਼ਿਆਦਾ ਸ਼ਬਦ ਮੇਰੇ ਲਈ ਸ਼ਬਦ ਬੋਲ ਗਿਆ, ਥੈਂਕ ਯੂ ਸੋ ਮੱਚ। ਹਾਂਜੀ, ਨਹੀਂ ਜਦੋਂ ਇਹ ਫਿਲਮ ਮੈਨੂੰ ਪਤਾ ਲੱਗਿਆ ਕਿ ਜੀ ਮੈਂ ਇਹ ਫਿਲਮ ਕਰਨਾ, ਇਸ ਫਿਲਮ ਲਈ ਮੈਨੂੰ ਚੂਜ਼ ਕੀਤਾ ਗਿਆ ਤਾਂ ਉਦੋਂ ਅਸੀਂ ਆਲਰੇਡੀ ਪੋਸਤੀ ਫਿਲਮ ਦਾ ਜਿਹੜਾ ਸ਼ੂਟ ਸੀਗਾ ਉਹ ਚੱਲ ਰਿਹਾ ਸੀਗਾ ਨਹੀਂ, ਅਤੇ ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਕਿੰਨੀ ਖੁਸ਼ ਹੋਈ ਇਸ ਪ੍ਰੋਜੈਕਟ ਦੇ ਨਾਲ ਜੁੜਨ ਦੀ, ਹੈ ਨਾ। ਸੋ ਕਾਫੀ ਸਾਲ ਪਹਿਲਾਂ ਗਿੱਪੀ ਵੀਰ ਨੇ ਸਾਨੂੰ ਵਨ ਲਾਈਨਰ ਇਸ ਸਕ੍ਰਿਪਟ ਦਾ ਸੀਗਾ ਜਿਹੜਾ ਸੁਣਾਇਆ ਹੋਇਆ ਸੀ ਤਾਂ ਮੈਨੂੰ ਆਲਰੇਡੀ ਪਤਾ ਸੀਗਾ ਕਿ ਬਹੁਤ ਵੱਡਾ ਆਲਰੇਡੀ ਸਬਜੈਕਟ ਹੈ ਕਿਉਂਕਿ ਮਾਂ ਜਿੱਥੇ ਜੁੜ ਗਈ ਹੈ ਨਾ ਜੀ, ਅਤੇ ਉਹ ਜਿਹੜਾ ਕਰੈਕਟਰ ਹੈ ਤਕਦੀਰ ਦਾ, ਹੈ ਨਾ, ਉਹ ਬਹੁਤ ਮਤਲਬ ਹਾਂਜੀ ਸਪੈਸ਼ਲ ਆ ਮੇਰੇ ਲਈ, ਹੈ ਨਾ ਜੀ। ਸੋ ਜਿਹੜਾ ਟ੍ਰੇਲਰ ਦੇ ਵਿੱਚ ਉਹਦੀ ਝਲਕ ਪੈ ਰਹੀ ਹੈ ਕਿ ਉਹ ਨੈਗੇਟਿਵ ਆ, ਨਹੀਂ ਨੈਗੇਟਿਵ ਨਹੀਂ ਹੈਗਾ, ਉਹ ਇੱਕ ਸਰਟਨ ਏਜ ਗਰੁੱਪ ਹੁੰਦਾ ਜਦੋਂ ਆਪਾਂ ਟੀਨੇਜ ਦੇ ਵਿੱਚ ਹੁੰਦੇ ਹਾਂ, ਜਦੋਂ ਆਪਾਂ ਕਾਲਜ ਜਾਂਦੇ ਹਾਂ, ਹੈ ਨਾ, ਉਹ ਆਪਣਾ ਇੱਕ ਚਿੜਚਿੜਾਪਣ, ਹੈ ਨਾ, ਉਹ ਜਿਹੜਾ ਵੈਸੇ ਹੀ ਬਿਹੇਵੀਅਰ ਦੇ ਵਿੱਚ ਆ ਜਾਂਦਾ ਤਾਂ ਉਹ ਸਭ ਤੋਂ ਜ਼ਿਆਦਾ ਆਪਾਂ ਆਪਣੇ ਘਰਦਿਆਂ ਦੇ ਨਾਲ ਦਿਖਾਉਂਦੇ ਹਾਂ, ਹੈ ਨਾ, ਕਿਉਂਕਿ ਆਪਾਂ ਨੂੰ ਮਾਂ ਦੇ ਨਾਲ ਦਿਖਾਉਂਦੇ ਹਾਂ, ਹੈ ਨਾ, ਉਹ ਚਾਹੇ ਤੁਸੀਂ ਉਸ ਆਪਾਂ ਸਾਰੇ ਮੈਨੂੰ ਲੱਗਦਾ ਕਿ ਉਹ ਇੱਕ ਕਿਉਂਕਿ ਹੱਕ ਇੰਨਾ ਹੁੰਦਾ ਉਸ ਰਿਸ਼ਤੇ ਦੇ ਉੱਪਰ ਮਾਂ ਦੇ ਉੱਪਰ ਕਿ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਜੋ ਮਰਜ਼ੀ ਕਹਿ ਲਈਏ, ਜੋ ਮਰਜ਼ੀ ਕਰ ਲਈਏ, ਕਿ ਇਹਨਾਂ ਨੇ ਸਾਨੂੰ ਇਹ ਛੱਡ ਕੇ ਨਹੀਂ ਜਾ ਸਕਦੇ, ਨਾ ਆਪਾਂ ਇਹਨਾਂ ਨੂੰ ਛੱਡ ਕੇ ਜਾ ਸਕਦੇ, ਨਾ, ਸੋ ਉਹ ਚੀਜ਼ ਆ। ਸੋ ਜਦੋਂ ਫਿਲਮ ਦੇ ਵਿੱਚ ਦੇਖਣਗੇ ਸਾਰੇ ਜਣੇ ਤਾਂ ਉਹ ਤੁਸੀਂ ਰਿਲਾਈਜ਼ ਕਰੋਗੇ ਬਹੁਤ ਜ਼ਿਆਦਾ ਰਿਲੇਟੇਬਿਲਟੀ ਹੈਗੀ, ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਰਿਲਾਈਜ਼ ਹੋਣਗੀਆਂ ਕਿ ਯਾਰ ਹਾਂ ਯਾਰ ਕਈ ਵਾਰੀ ਆਪਾਂ ਵੀ ਐਂ ਕਰ ਲੈਂਦੇ ਹੁੰਦੇ, ਐਂ ਕਰਨਾ ਨਹੀਂ ਚਾਹੀਦਾ ਹੈਗਾ, ਹੈ ਨਾ, ਜਾਂ ਆਹ ਚੀਜ਼ਾਂ ਆਹ ਕਰਨੀਆਂ ਚਾਹੀਦੀਆਂ ਨੇ, ਹੈ ਨਾ, ਕਿ ਮਤਲਬ ਛੋਟੇ ਛੋਟੇ ਮੈਸੇਜ ਆ ਉਹ ਇੱਕ ਇੰਡੀਵਿਜੁਅਲ ਦੇ ਉੱਪਰ ਡਿਪੈਂਡ ਕਰਦਾ ਕਿ ਉਹ ਕੀ ਲੈ ਕੇ ਆਉਂਦੇ ਫਿਲਮ ਤੋਂ, ਪਰ ਸਾਨੂੰ ਸਾਰਿਆਂ ਨੂੰ ਇਹ ਲੱਗਦਾ ਕਿ ਜਦੋਂ ਫਿਲਮ ਦੇਖ ਕੇ ਬਾਹਰ ਨਿਕਲੋਗੇ ਤਾਂ ਤੁਸੀਂ ਆਪਣੇ ਮਾਪਿਆਂ ਦੇ ਬਹੁਤ ਕਲੋਜ਼ ਆਪਣੇ ਆਪ ਨੂੰ ਹੋਰ ਮਹਿਸੂਸ ਕਰੋ ਜੀ। ਆਰੂਸ਼ੀ, ਨੈਕਸਟ ਕੁਐਸਚਨ ਮੇਰਾ ਤੁਹਾਡੇ ਤੋਂ ਹੈ। ਪਹਿਲਾਂ ਤਾਂ ਸਵਾਗਤ ਤੁਹਾਡਾ ਬਹੁਤ ਬਹੁਤ ਇੰਡਸਟਰੀ ਦੇ ਵਿੱਚ ਵੀ, ਅਤੇ ਕਿੱਦਾਂ ਲੱਗਿਆ ਪੂਰੀ ਪੰਜਾਬੀ ਇੰਡਸਟਰੀ ਦੇ ਨਾਲ ਕੰਮ ਕਰਕੇ ਅਤੇ ਜਦੋਂ ਸੈੱਟਸ 'ਤੇ ਜਾਂਦੇ ਸੀਗੇ ਤਾਂ ਕਿੱਦਾਂ ਦਾ ਮਹਿਸੂਸ ਹੋਇਆ? थैंक यू फॉर क्वेश्चन। एक्चुअली पहले भी किया हुआ है काम, मतलब ऐसा नहीं है कि मेरा पहला प्रोजेक्ट है, बबल के साथ भी पहले किया है, हम्बल के साथ भी पहले प्रोजेक्ट्स किए हैं, सो इट्स ऑलवेज एन ऑनर क्योंकि इट्स अ बिग बैनर एंड जो भी जितनी भी स्टारकास्ट हमारे फिल्म की है दे आर द बेस्ट ऑफ द बेस्ट, राइट, मतलब इंडस्ट्री के टॉप मोस्ट आर्टिस्ट हैं हमारे फिल्म में, तो मेरे लिए तो बहुत ऑनर की बात है दैट आई गॉट टू वर्क विद देम, चाहे जितना भी वट एवर माई स्क्रीन टाइम विल बी विद देम, लेकिन मेरे लिए मैं इस फिल्म का पार्ट हूँ चाहे छोटा पार्ट हूँ बट मेरे लिए वो भी बहुत बड़ी बात है जी।
सर नैक्सट क्वेश्चन मेरा थोड़े तो वैसे तो तुम किसी सवालों के मोहताज नहीं हो पर फिर भी मतलब जो एड्डी वड्डी फिल्म आती है ना तो कितने ना कितने जहन च रहा है कि चाहे जिमें जिस तरीके आरुषि ने जवाब दिता मैनू कि चाहे छोटी टाइमिंग मिले स्क्रीन की पर जब आप ऑडियंस तो तालियां लुट लेंदे हैं मैनू लगता है कि उ अपना करियर की सब तो पीक का टाइम होंगे। बिल्कुल सही गल है। बेसिकली एक जो पूरी स्क्रिप्ट होंगी है ना जी सारे मोहरे होंगे करैक्टर हर करैक्टर की इंपोर्टेंस होंगी है। मैं नैगेटिव कर दिया मतलब ये नहीं कि बुरा आदमी है जो वधिया नहीं है या रोल वधिया नहीं होना नहीं इंपोर्टेंस है करैक्टर की। इदा ही आरुषि मैम जो है इन्हों की एक बगैर कहानी रुक जानी कितने ना कि इन्हें कहानियां दस रहे कहानी से क्यों होंगे कि एक जर्नी है पूरी कहानी की सारे करैक्टर बहुत इंपोर्टेंट रिस्पैक्ट इदा ही मेरे किरदार की इदा सारे किरदार की अलग अलग अहमियत होती है। तो मैं खुशी है कि मैं एक मैं सारे काफ़ी दिनों तो सारे बहुत टैलेंटड एक्टर ने इस टाइम पहला काम किया अलग तरह का एक्सपीरियंस है हूँ काम कर रहे हैं अलग तरह का एक्सपीरियंस नई जनरेशन में बड़ा कुछ सीखने को मिलता है। ये मेरे तो सीखते हैं मैं इन्हों तो सीखदा गिव एंड टेक होंगे और उस तो वधिया गल ये कि शूटिंग ते जिहड़ा माहौल सी ना वो बा कमाल सी। पंक्चुअलिटी प्रोफेशनलिज्म जो बहुत घट जगह से देखने को मिलता है। मैं काफ़ी काम करता सुबह अगर 7 बजे कहता 7 बजे पहुँचना उत्थे तो जो तुम इदा के माहौल से काम करते हो फिर काम तो वधिया होना ही। बिल्कुल वो तो दिख रहा है ट्रेलर तो भी दिखता है गाने तो भी दिखता है बाकी फिल्म तो ऑब्वियसली अपने आप दे विच मुकम्मल होने वाली है क्योंकि शब्द जो माँ आ जाता है ना मैंने लगता है कि सारे सारे दे थोड़े थोड़े इमोशंस बाहर आ जाते हैं। जो मैं गल करा थोड़ी मदर की तो जो तुम फिल्म कर रहे तो किन्नी बार माँ की याद आई या किन्ने किन्ने सीन सके जो तुम करते सके तो थोड़ा याद आ जाता कि नहीं इतने मेरे मदर के नाल कनैक्टेड ये गल। मैं क्योंकि दिव्या मैं उन्होंने दिव्या इसलिए कहूँ मेरे छोटी है मेरी पुरानी दोस्त भी साड़ी पहचान है फैमिली भी वो बहुत कमाल एक्ट्रेस है जी। ठीक है मैं क्योंकि मदर ना बहुत रिलेट सीगा जिमें रघुवीर का भी करैक्टर हैगा ये अटैचमेंट मैं देखता सीगा उत्थे एज ए को एक्टर ईवन कई बार असं सीन इदा करते मेरा नैगेटिव सीन है ते लेकिन वो जो चंडी के रूप से कई कई जगह कट के मेरे गले से ला लिया कुछ मैं कुछ बोलने का हस पिया क्यों मैं यार मेरी बारी ना हस है ना सीरीयसली तो एड्डी ग्रेट एक्ट्रेस है बहुत डेडिकेशन नाल काम करती है उसे क्योंकि माँ की याद तो उदे तो शुरू हो गई थी जिते स्क्रिप्ट आई थी को पढ़िया पर क्योंकि मेरा किरदार उदा का है कि मैं माँ की जो जर्नी है पूरी लाइफ है उस औकड़ा पैदा करता रुकावट पैदा करता ऑब्सटैकल्स पैदा करता पर हर बार किसी ना किसी उतो अगे निकलती है जितती है लास्ट जाके मैं रिस्पैक्ट भी करता रियलाइज भी करता है कि यार मैं गलत सी जो सौरत तंग किया और मैं ईवन हूँ फिल्म बन तो बाद भी पहले दिन असं इंटरव्यूज कर रहे थे बैठ के उद्दे गल चली माँ की सारे माँ बारे ही पूछा जा रहा थी एक मूवमेंट इदा की आई कि मैं बोल नहीं सकया बिकॉज उसके पिछे एक रीजन है कि मैं अगर अज एक्टर हाँ ये पिछे भी मेरी माता जी का हाथ है क्योंकि उन्होंने मैनू कदे रोकया नहीं जो फादर साहब ने कहा भी तो उन्होंने वो मेरे लिए डटी लड़ी मैं बॉम्बे गया ता भी क्यों नहीं पुत तेरा जो है सपना तो पूरा कर तो बस हूँ थोड़ा यह है कि मैं इस वक्त तो दुनिया से नहीं है कि तो मैं मिस करता हूँ। ਤੁਸੀਂ ਕਿਹੜੀ ਯਾਦ ਹੈ ਜਿਹੜੀ ਆਪਣੀ ਮਦਰ ਦੀ ਸ਼ੇਅਰ ਕਰਨੀ ਹੈ? ਬਹੁਤ ਯਾਦਾਂ ਨੇ ਉੱਥੇ ਉਹ ਤਾਂ ਮੈਂ ਯਾਦਾਂ ਇਦਾਂ ਦੀ ਹੁੰਦੀਆਂ ਕਰੀ ਮੈਂ ਥੋੜ੍ਹੀ ਜਿਹੀ ਅਲੱਗ ਯਾਦ ਹੈ ਮੈਂ ਸਰਦਾਰ ਹੁੰਦਾ ਸੀਗਾ ਜੀ ਬਾਲ ਕਟਾ ਦੇ ਅਤੇ ਫਾਦਰ ਸਾਹਿਬ ਮੇਰੇ ਪੁਲਿਸ 'ਚ ਸੀਗੇ ਅਤੇ ਉਹ ਮੇਰੇ ਨਾਲ ਗੱਲ ਕਰਨੀ ਬੰਦ ਕਰਤੀ ਅਤੇ ਮੈਂ ਲੜ ਕੇ ਘਰੋਂ ਨਿਕਲ ਗਿਆ ਇੱਥੇ ਰਿਹਾ ਲੁਧਿਆਣੇ ਮੈਂ ਲੁਧਿਆਣੇ ਤੋਂ ਇੱਕ ਗੱਲ ਦੱਸ ਦਿੰਦਾ ਅਤੇ ਮੈਂ ਭਾਰਤ ਨਾਲ ਚੌਂਕ ਕਿਸੇ ਆਫਿਸ 'ਚ ਜਾ ਕੇ ਰਹਿਣ ਲੱਗ ਗਿਆ ਮੇਰੀ ਮਦਰ ਚੋਰੀ ਫਾਦਰ ਤੋਂ ਮੇਰੇ ਬ੍ਰਦਰ ਦੇ ਹੱਥ ਪੈਸੇ ਭੇਜਦੀ ਖਾਣਾ ਭੇਜਦੀ ਕਰੀਬ 2 ਮਹੀਨੇ ਬਾਹਰ ਰਿਹਾ ਜੀ ਮੈਂ ਫਿਰ ਅਲਟੀਮੇਟਲੀ ਉਹ ਫਾਦਰ ਸਾਹਿਬ ਨੂੰ ਲੜੀ ਅਤੇ ਉਹਨਾਂ ਨੇ ਐਕਸੈਪਟ ਕੀਤਾ ਮੈਨੂੰ ਅਤੇ ਅੱਜ ਮੈਂ ਰੂਬਰੂ ਹਾਂ ਐਜ਼ ਏ ਐਕਟਰ ਕਲਾ ਦੀ ਵੈਲਿਊ ਪੈ ਰਹੀ। ਸੋ ਹਰੇਕ ਦੀ ਲਾਈਫ ਦੇ ਵਿੱਚ ਮਦਰ ਦਾ ਬੇਹੱਦ ਬਹੁਤ ਵੱਡਾ ਰੋਲ ਹੁੰਦਾ ਅਤੇ ਇਹੀ ਇਹ ਫਿਲਮ ਜਿਹੜੀ ਦਰਸਾਊਗੀ ਹੈ ਨਾ। ਅਤੇ ਅਗਲਾ ਕੁਐਸਚਨ ਮੇਰਾ ਤੁਹਾਡੇ ਤੋਂ ਹੈ ਸੋ ਪਹਿਲਾਂ ਤਾਂ ਪ੍ਰੋਜੈਕਟ ਵੱਡਾ ਹੈ ਨਾ ਤਾਂ ਇਹ ਤੁਹਾਡੇ ਤੱਕ ਪਹੁੰਚਿਆ ਤਾਂ ਤੁਹਾਡਾ ਕੀ ਰਿਐਕਸ਼ਨ ਸੀਗਾ ਕਿਉਂਕਿ ਮੈਨੂੰ ਪਤਾ ਅੱਜ ਕੱਲ੍ਹ ਜਿਸ ਤਰੀਕੇ ਦੇ ਨਾਲ ਪੰਜਾਬੀ ਫਿਲਮ ਦੇ ਵਿੱਚ ਕਰੈਕਟਰਸ ਬਿਲਡਅਪ ਹੋ ਰਹੇ ਨੇ ਪਹਿਲਾਂ ਦੇ ਨਾਲੋਂ ਕਈ ਗੁਣਾ ਆਪਾਂ ਕਹਿ ਲਈਏ ਕਿ ਇੱਕ ਤਰੀਕੇ ਦੇ ਨਾਲ ਸਮਾਜ ਦੀ ਛਵੀ ਜਿਹੜੀ ਹੈ ਆਈਨਾ ਜਿਸਨੂੰ ਆਪਾਂ ਕਹਿੰਦੇ ਹਾਂ ਕਿ ਫਿਲਮਾਂ ਜਿਸ ਤਰੀਕੇ ਦੇ ਨਾਲ ਐਕਚੁਅਲੀ ਬਣਾਈਆਂ ਜਾਣੀਆਂ ਚਾਹੀਦੀਆਂ ਨੇ ਤਾਂ ਛਵੀ ਦਰਸਾਉਂਦੀਆਂ ਨੇ ਤਾਂ ਤੁਹਾਡੇ ਕਰੈਕਟਰਸ ਵੈਸੇ ਵੀ ਫਿਲਮਾਂ ਦੇ ਵਿੱਚ ਅਜਿਹੇ ਹੁੰਦੇ ਨੇ ਕਿ ਕੁਛ ਨਾ ਕੁਛ ਜਿਹੜਾ ਅਲੱਗ ਲੈ ਕੇ ਜਾਂਦੇ ਨੇ ਤਾਂ ਮਾਂ ਫਿਲਮ ਦੇ ਬਾਰੇ ਤੁਸੀਂ ਕੀ ਕਹਿਣਾ?
ਮਾਂ ਫਿਲਮ ਬਾਰੇ ਜਿਹੜਾ ਕਰੈਕਟਰ ਸੀਗਾ ਜਿੱਦਾਂ ਬੱਬਲ ਵੀਰੇ ਨੇ ਦੱਸਿਆ ਸੀਗਾ ਸਾਨੂੰ ਨਾ ਕਾਫੀ ਟਾਈਮ ਤੋਂ ਮਤਲਬ ਇਹਦੀ ਚਰਚਾ ਹੁੰਦੀ ਰਹਿੰਦੀ ਸੀਗੀ ਜਿੱਦਾਂ ਗਿੱਪੀ ਵੀਰੇ ਹੋਰੀ ਦੱਸਦੇ ਰਹਿੰਦੇ ਸੀਗੇ ਜਾਂ ਰਾਣਾ ਵੀਰਾ ਕਈ ਵਾਰੀ ਦੱਸਦੇ ਸੀਗੇ ਹੈ ਨਾ ਤਾਂ ਮਤਲਬ ਜਦੋਂ ਅਰਦਾਸ ਬਣੀ ਸੀ ਉਸ ਤੋਂ ਬਾਅਦ ਵੀ ਇੱਕ ਵਾਰੀ ਮਤਲਬ ਬਣਿਆ ਸੀਗਾ ਨਾ ਵੀ ਬਣਾਉਂਦੇ ਬਣਾਉਂਦੇ ਤਾਂ ਚਲੋ ਜਦੋਂ ਮਤਲਬ ਟਾਈਮ ਹੁੰਦਾ ਉਦੋਂ ਹੀ ਬਣਦੀ ਹੈ ਸੋ ਜਦੋਂ ਮੈਨੂੰ ਕਾਲ ਆਈ ਸੀ ਜੀ ਇਸ ਫਿਲਮ ਲਈ ਗਿੱਪੀ ਵੀਰੇ ਦੀ ਮੈਨੂੰ ਆਇਆ ਸੀਗਾ ਫੋਨ ਕਿ ਆਪਾਂ ਮਾਂ ਫਿਲਮ ਬਣਾ ਰਹੇ ਹਾਂ ਅਤੇ ਤੇਰਾ ਉਹਦੇ ਵਿੱਚ ਕਿਰਦਾਰ ਰੱਖਿਆ ਰਾਣਾ ਬਾਈ ਕਾਲ ਕਰੂੰਗਾ ਤੁਹਾਨੂੰ ਅਤੇ ਤੁਸੀਂ ਗੱਲ ਕਰ ਲਿਓ ਆਪਣਾ ਵੀ ਜਿਵੇਂ ਤੁਹਾਨੂੰ ਦੱਸ ਦੇਣਗੇ ਫਿਰ ਰਾਣੇ ਵੀਰੇ ਦੀ ਕਾਲ ਆਈ ਮੈਨੂੰ ਉਹਨਾਂ ਨੇ ਦੱਸਿਆ ਕਿਰਦਾਰ ਬਾਰੇ ਤਾਂ ਫਿਰ ਮੈਂ ਮਤਲਬ ਸਮਝਿਆ ਉਹਨੂੰ ਹੈ ਨਾ ਜੀ ਜਿੱਦਾਂ ਸੀਗਾ ਫਿਰ ਬਲਜੀਤ ਭਾਈ ਦੀ ਵੀ ਕਾਲ ਆਈ ਉਹਨਾਂ ਨੇ ਵੀ ਦੱਸਿਆ ਵੀ ਬੋਲੀ ਆਪਾਂ ਇੱਦਾਂ ਦਾ ਕਰ ਰਹੇ ਹਾਂ ਤੈਨੂੰ ਰਾਣੇ ਨੇ ਸਮਝਾ ਤਾ ਇੱਦਾਂ ਦਾ ਮਹਾਂ ਜੀ ਭਾਅ ਜੀ ਸਮਝਾ ਤਾ ਜੀ ਅਤੇ ਕਹਿੰਦੇ ਠੀਕ ਹੈ ਤਾਂ ਮੇਰਾ ਕਿਰਦਾਰ ਆ ਜੀ ਇਹਦਾ ਜਿਹੜਾ ਇਹਦੇ ਵਿੱਚ ਉਹ ਸੋਹਣੇ ਦਾ ਜੀ ਉਹਦਾ ਨਾਮ ਸੋਹਣਾ ਉਹ ਦੁੱਗਲ ਭਾਈ ਦਾ ਵੱਡਾ ਮੁੰਡਾ ਅਤੇ ਵੱਡਾ ਵੀਰ ਮੇਰਾ ਛੋਟੇ ਭਰਾ ਦਾ 6-7 ਮਹੀਨਿਆਂ ਦਾ ਜਿੱਦਾਂ ਉਹ ਕਰ ਰਿਹਾ ਹੈਗਾ ਰੋਲ ਅਤੇ ਜਿਹੜਾ ਕਿਰਦਾਰ ਆ ਜੀ ਇਹ ਬੋਲ ਨਹੀਂ ਸਕਦਾ ਮਤਲਬ ਉਹ ਜਿਹੜਾ ਸਕ੍ਰਿਪਟ ਦੇ ਵਿੱਚ ਮੈਨੂੰ ਦਿੱਤਾ ਗਿਆ ਸੀ ਸੀਗਾ ਕਿ ਬੋਲ ਨਹੀਂ ਸਕਦਾ ਪਰ ਉਹਨੂੰ ਮਤਲਬ ਜਦੋਂ ਉੱਤੇ ਕੰਮ ਕੀਤਾ ਮੈਨੂੰ ਇਹ ਸੀਗਾ ਕਿ ਵੀ ਬਹੁਤ ਆਏ ਹੋਏ ਨੇ ਇਸ ਤਰ੍ਹਾਂ ਦੇ ਕਿਰਦਾਰ ਵੀ ਥੋੜ੍ਹਾ ਕੁਛ ਮੈਨੂੰ ਇਹ ਸੀਗਾ ਵੀ ਇੱਦਾਂ ਹੋਵੇ ਕਿ ਜਦੋਂ ਸਕਰੀਨ 'ਤੇ ਆਵੇ ਜਾਂ ਜਦੋਂ ਕਰੇ ਤਾਂ ਉਹਦਾ ਪਿਆਰ ਆਵੇ ਹੈ ਨਾ ਉਹਦੀ ਮਾਸੂਮੀਅਤ ਦੇਖੇ ਤਾਂ ਉਹ ਤਾਂ ਉਹ ਫਿਰ ਕੰਮ ਕਰਕੇ ਉਹਨੂੰ ਮਤਲਬ ਉਸ ਤਰੀਕੇ ਨਾਲ ਤਿਆਰ ਕੀਤਾ ਕਿ ਉਹ ਬੇਸ਼ੱਕ ਉਹ ਉਮਰ 'ਚ ਵੱਡਾ ਲੱਗ ਰਿਹਾ ਪਰ ਉਹ ਦਿਲ ਅਤੇ ਦਿਮਾਗ ਤੋਂ ਬੱਚਾ ਹਜੇ ਵੀ ਉਹਦੇ ਮਾਇੰਡ ਮਤਲਬ ਉਹਦੇ ਹਜੇ ਉਸ ਹਿਸਾਬ ਦੀ ਗਰੋਥ ਨਹੀਂ ਹੋਈ ਤਾਂ ਉਹਨੂੰ ਉਸ ਤਰੀਕੇ ਨਾਲ ਮੈਂ ਉਹਨੂੰ ਫਿਰ ਮਤਲਬ ਤਿਆਰ ਕਰਕੇ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਮੇਰੇ ਖਿਆਲ 'ਚ ਸਾਰੇ ਸ਼ਾਇਦ ਪਸੰਦ ਕਰਨਗੇ ਜੇ ਮੈਂ ਉਹਦੇ ਮਤਲਬ ਪਹੁੰਚਿਆ ਹੋਊਂਗਾ ਬਿਲਕੁਲ ਸਪੈਸ਼ਲ ਕਰੈਕਟਰ ਆਏਗਾ ਇਸ ਫਿਲਮ ਦਾ ਸੋ ਪੂਰੇ ਦਿਨ ਤੁਸੀਂ ਕਿੰਨੀਆਂ ਸਾਰੀਆਂ ਪ੍ਰੈਸ ਕਾਨਫਰੰਸਿਸ ਅਟੈਂਡ ਕੀਤੀਆਂ ਹੋਣੀਆਂ ਅਤੇ ਵਿੱਚ ਜੇ ਕਿੱਥੇ ਨਾ ਕਿੱਥੇ ਇੱਦਾਂ ਹੋਇਆ ਹੋਣਾ ਆਪਣੀ ਮੰਮੀ ਨਾਲ ਮੇਰੇ ਤਾਂ ਮੰਮੀ ਬਹੁਤ ਕਾਲ ਕਰਕੇ ਨਾ ਪੂਰੇ ਦਿਨ ਦੇ ਵਿੱਚ ਮੈਨੂੰ ਪਰੇਸ਼ਾਨ ਕਰਦੇ ਆ ਤੂੰ ਖਾਣਾ ਖਾ ਲਿਆ ਤੂੰ ਕੰਮ ਕਰ ਲਿਆ ਤੂੰ ਕੀ ਮਤਲਬ ਉਹਨਾਂ ਨੇ ਹਰ ਟਾਈਮ ਫੋਨ ਕਰਨਾ ਤਾਂ ਮੈਨੂੰ ਲੱਗਦਾ ਕਿ ਆਪਣੀ ਵੀ ਥੋੜ੍ਹੀ ਜਿਹੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਇੱਕ ਵਾਰੀ ਉਹਨਾਂ ਨੂੰ ਫੋਨ ਕਰਕੇ ਕਹੀਏ ਕਿ ਆਪਾਂ ਠੀਕ ਹਾਂ ਆਪਾਂ ਖਾਣਾ ਖਾ ਲਿਆ ਆਪਾਂ ਕੰਮ ਕਰਦੇ ਪਏ ਹਾਂ ਅਤੇ ਹੁਣ ਤੁਸੀਂ ਫਟਾਫਟ ਆਪਣੇ ਫੋਨ ਕੱਢਣੇ ਆ ਇੱਕ ਇੱਕ ਕਰਕੇ ਅਤੇ ਤੁਸੀਂ ਉਹਨਾਂ ਨੂੰ ਫੋਨ ਲਾਉਣਾ ਆਪਣੀ ਮੰਮੀ ਨੂੰ ਅਤੇ ਕਹਿਣਾ ਕਿ ਮੰਮੀ ਮੈਂ ਠੀਕ ਹਾਂ ਠੀਕ ਹੈ ਚਲੋ ਜੋ ਕੋਈ ਵੀ ਸਟਾਰਟ ਕਰ ਲੇ ਕੋਈ ਵੀ ਸਟਾਰਟ ਕਰ ਲੇ ਬਾਤੇ ਕਰ ਲੇਤੀ ਹੋ ਅਭੀ ਆਨੇ ਸੇ ਪਹਿਲੇ ਕਰਕੇ ਹਾਂ ਲੇਟ ਹੋ ਜਾਣਾ ਤੇ ਹੈ ਨਹੀਂ ਕੰਮ ਪਤਾ ਹੈ ਤੇ ਅੱਛਾ ਮੰਮੀ ਨੂੰ ਪੁੱਛੋ ਤੁਸੀਂ ਕਿਵੇਂ ਹੋ ਅੱਜ ਨਹੀਂ ਕੱਲ ਕਰੂੰਗੀ ਅੱਜ ਥੋੜਾ ਬਿਜ਼ੀ ਸੀ ਅੱਛਾ ਤਰ ਮੰਮੀ ਬਿਜ਼ੀ ਨੇ ਦੇਖੋ ਪੁੱਠਾ ਕੰਮ ਹੋ ਰਿਹਾ ਖਾਣਾ ਖਾ ਲਿਆ ਖਾਣਾ ਵੀ ਨਹੀਂ ਖਾਇਆ ਅਭੀ ਥੋੜੀ ਦੇਰ ਮੈਂ ਖਾਤੇ ਥੋੜੀ ਅੱਜ ਬਿਜ਼ੀ ਕਿ ਮੀਟਿੰਗ ਚੱਲ ਰਹੀ ਸੀ ਕਾਫੀ ਦੇਰ ਸੇ ਓ ਖਾ ਲਓ ਨਾ ਪਲੀਜ਼ हमने सबने खाना खा लिया है जी ये बताने के लिए दूसरी बार खाएगी चलो आई लव यू मॉम टेक केयर बहुत प्यारा देखो इस तरीके दे नाल जिहड़ा माँ दा अपना रिश्ता हुंदा कि ओह अपने आप ही ऑटोमैटिकली किते ना जे अपने किते गड़बड़ भी हो रही होवे पूरे दिन च तां नाल दी नाल ਉਹਨਾਂ ਨੂੰ ਥਿੰਕ ਕਰ ਜਾਂਦਾ ਐਕਚੁਅਲੀ ਮੇਰਾ ਜਿਵੇਂ ਆਪ ਕਹਿ ਰਹੇ ਹੋ ਮਾਈ ਮਮ ਆਲਸੋ ਕਾਲਸ ਮੀ ਅ ਲੋਟ ਜੀ 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 ਅਬ ਤੋ ਮੈਨੇ ਮਤਲਬ ਅਬ ਤੋ ਮੈਂ ਅਨੋਈ ਨਹੀਂ ਹੁੰਦੀ ਆ ਮੇਰੇ ਕੋ ਖਿਜੀ ਨਹੀਂ ਚੜਦੀ ਕਿ ਇਤਨਾ ਫੋਨ ਆਤਾ ਹੈ ਕਿ ਮੈਨੂੰ ਆਦਤ ਹੋ ਗਈ ਹੈ ਔਰ ਅਬ ਮੰਮੀ ਜਿਸ ਦਿਨ ਨਹੀਂ ਕਰਦੀ ਨਾ ਉਸ ਦਿਨ ਮੈਨੂੰ ਲੱਗਦਾ ਹੈ ਫੋਨ ਨਹੀਂ ਕੀਆ ਕਿ ਕਿਆ ਹੋ ਗਿਆ ਯੂ نو ਦੈਟ ਵਾਈ ਡਿਡ ਸ਼ੀ ਕਾਲ ਮੀ ਟੁਡੇ ਬਟ ਆਈ ਮੇਕ ਸ਼ੋਰ ਕਿ ਮੈਂ ਜਹਾਂ ਪੇ ਵੀ ਹੂੰ ਦਿਨ ਮੇ ਜਿਤਨੀ ਵਾਰ ਵੋ ਫੋਨ ਕਰਤੇ ਆਏ ਆਨਸਰ ਚਾਹੇ ਮੈਂ ਸੋ ਰਹੀ ਹੂੰ ਕਹੀਂ ਬਾਹਰ ਹੂੰ ਵਟਸਐਵਰ ਇਟ ਇਜ਼ ਮੇਰਾ ਇੰਸਟਰਕਸ਼ਨ ਹੋਤਾ ਹੈ ਜਿਸਕੋ ਵੀ ਮੇਰਾ ਫੋਨ ਜਿਸਕੇ ਵੀ ਪਾਸ ਹੋਤਾ ਹੈ ਉਸਕੋ ਮੈਂ ਬੋਲਤੀ ਹੂੰ ਕਿ ਮੰਮਾ ਕਾ ਆਏਗਾ ਤੋ ਉਠਾਨੇ ਬਾਕੀ ਕਾ ਕੋਈ ਚੱਕਰ ਨਹੀਂ ਹੈ ਬਾਕੀ ਦੀ ਕੋਈ ਟੈਨਸ਼ਨ ਦੀ ਗੱਲ ਨਹੀਂ ਹੈ ਅੱਛਾ ਮਾਂ ਨੂੰ ਜੇਕਰ ਤੁਸੀਂ ਸਾਰੇ ਨੇ ਡਿਸਕ੍ਰਾਈਬ ਕਰਨਾ ਹੈ ਆਪਾਂ ਕਿਸੇ ਵੀ ਸ਼ਬਦ ਦੇ ਵਿੱਚ ਡਿਸਕ੍ਰਾਈਬ ਨਹੀਂ ਕਰ ਸਕਦੇ ਪਰ ਜੇਕਰ ਤੁਸੀਂ ਸਾਰਿਆਂ ਨੇ ਆਪਣੀ ਮਾਂ ਨੂੰ ਡਿਸਕ੍ਰਾਈਬ ਕਰਨਾ ਉਹਨਾਂ ਦੇ ਤੇ ਤੁਹਾਡੇ ਰਿਸ਼ਤੇ ਨੂੰ ਬੌਂਡ ਨੂੰ ਡਿਸਕ੍ਰਾਈਬ ਕਰਨਾ ਕਿਵੇਂ ਕਰੋਗੇ ਵੈਸੇ ਤਾਂ ਤੁਸੀਂ ਆਪਣੇ ਸਵਾਲ ਦੇ ਵਿੱਚ ਜਵਾਬ ਦੇ ਦਿੱਤਾ ਪਹਿਲਾਂ ਹੀ ਹੈ ਨਾ ਜੀ ਕਿ ਆਪਾਂ ਸਾਰੇ ਨਹੀਂ ਡਿਸਕ੍ਰਾਈਬ ਕਰ ਸਕਦੇ ਹੈਗੇ ਮਾਂ ਨੂੰ ਕਿਉਂਕਿ ਇੰਨਾ ਗੂੜਾ ਇੰਨਾ ਨਿੱਘਾ ਰਿਸ਼ਤਾ ਹੁੰਦਾ ਸੋ ਜਿੰਨੇ ਆਪਾਂ ਕਵੀਆਂ ਨੇ ਸ਼ਾਇਰਾਂ ਨੇ ਹੈ ਨਾ ਤਾਂ ਉਹਨਾਂ ਨੇ ਰੱਬ ਦੇ ਬਰਾਬਰ ਜਾਂ ਰੱਬ ਤੋਂ ਉੱਪਰ ਵੀ ਜਿਹੜਾ ਦਰਜਾ ਮਾਂ ਦਾ ਰੱਖਿਆ ਨਾ ਕਿਉਂਕਿ ਆਪਣੀ ਹੋਂਦ ਦੀ ਮਾਂ ਕਰਕੇ ਹੈ ਨਾ ਜੀ ਸੋ ਰਾਣੇ ਭਾਅ ਜੀ ਨੇ ਇੱਕ ਡਾਇਲੋਗ ਬੜਾ ਵਧੀਆ ਗਿੱਪੀ ਵੀਰੇ ਨੇ ਬੋਲਿਆ ਜਿਹੜਾ ਟ੍ਰੇਲਰ ਦੇ ਵਿੱਚ ਕਹਿੰਦਾ ਮੇਰੀ ਜ਼ਿੰਦਗੀ ਮੇਰੀ ਮਾਂ ਤੋਂ ਸ਼ੁਰੂ ਹੁੰਦੀ ਹੈ ਅਤੇ ਮਾਂ 'ਤੇ ਖਤਮ ਹੁੰਦੀ ਹੈ ਸੋ ਮੈਨੂੰ ਲੱਗਦਾ ਕਿ ਆਪਣੇ ਸਾਰਿਆਂ 'ਤੇ ਹੀ ਜਾਂਦੀ ਹੈ ਇਹ ਗੱਲ ਹੈ ਨਾ ਅਰੁਸ਼ੀ ਤੁਸੀਂ ਰਾਈਟ ਮਤਲਬ ਵਿਦ ਆਈ ਥਿੰਕ ਇਟਸ ਅ ਮਿਊਚੁਅਲ ਫੀਲਿੰਗ ਹਰ ਕਿਸੇ ਕੋ ਆਪਣੀ ਮਾਂ ਕੇ ਲਈ ਯੂ ਨੋ ਇਟਸ ਦਾ ਸੇਮ ਫੀਲਿੰਗ ਮੁਝੇ ਨਹੀਂ ਲੱਗਤਾ ਕਿ ਸ਼ਾਇਦ ਆਪਕੀ ਜਾਂ ਸਰ ਕੀ ਹੈ ਕਿ ਕੁਛ ਅਲੱਗ ਹੋਗਾ ਮਾਂ ਕੇ ਸਾਥ ਹਰ ਬੱਚੇ ਕਾ ਚਾਹੇ ਵੋ ਲੜਕੀ ਹੋ ਲੜਕਾ ਹੋ ਪਿਆਰ ਔਰ ਇਮੋਸ਼ਨ ਵੈਸਾ ਹੀ ਹੋਤਾ ਹੈ
मैं ये कहना चाहूँगी माँ चाहे इंसान की हो चाहे जानवर की हो चाहे पंछी की हो, माँ तो उपर कुछ नहीं, कितने कितने भी देख लो, अगर पंछी है तो वो अपने बच्चों इदा की जगह पर रखेगा जिते कां तो या किसी होर तो बचा के उन्होंने खाना खुना लिया के मुँह ना खवाऊगा। सेम तुम अगर जंगल से देखो जानवर, शेर भी आता होगा तभी हिरन या समथिंग पहले अपने बच्चे बचा, इंसान से भी होंगे कि वह मीह होेरी हो माँ बच्चों गाने च भी साढ़े है सुरक्षित जगह पर रखूगी, उन्होंने खुद भेजिए कहते ना खुद गिली जगह से सौन सुखी जगह पर रख दिए, जो कोई होर वड्डी अड़चन आए जो साड़ी फिल्म च भी दिखाया गया फिर वो चंडी का रूप भी अख्तियार कर लेंदी है, ममता ना भरी हुई माँ चंडी का रूप भी बन जाती है, मतलब माँ के इन्ने ही रूप है, इस कारण कहते रब के रूप में भी वड्डा बिकॉज इट्स लाइक ए यूनीवर्स। बहुत सारे रिश्ते जिद आप कहने ये रिश्ता उदा का कि इन शब्दों से आप बयान मैंने लगता नहीं कर सकते। सेम ही है जी, सही गल है जी, जिदा जिदा मैं लगता भी जिम्मे रब से आप चर्चा करनी हो माँ से करनी हो पूरी दुनिया एक पासे है ते मेरी मां एक पासे है, जे उन्होंने कहता तू इस दिन है दिन है तर, जे वो रात कह देना दिन भी तो मैं मान लेना कि वो रात है, इस कदर मैं अपनी माँ नू जिहड़ा अपने दिल दे विच समाया होया। ते तुसी कुछ कहना होवे? बहुत वधिया जी, हुण मैं की कहूं, सारिआं ने कहता जी, सारिआं ने कहता, सारिआं ने समेट के मेरा हाँ बिल्कुल ये सारा कुछ आपां कर नहीं सकदे, एक्सप्लेन नहीं कर सकदे। अच्छा मैनू दसो जिस टाइम मूवी शूट हो रही सी तां किहड़ा किहड़ा किसदा फेवरेट सीन सीगा जिथे लगे भी आ वाला तो सीन ना मेरा बिल्कुल परफेक्ट गया है ते ए बस स्क्रीन से जो जाऊगा ना ऑडियंस दे वालों तालियां मिलनियां ने, सारे दसंगे एक एक अपना सीन। यार फिर तो आपको आधी मूवी पता चल जाएगी, ये क्या बात हुई? उसके बाद देख क्या फिर आप बताना कौन सा नहीं, एक एक थोड़ा 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 सिचुएशन दस, सिचुएशन दस, सिचुएशन दस के फला जगह पे उसी। नहीं नहीं मैं तो मुझे रिस्की लग रहा है, मैं नहीं करूंगी। चल अच्छा बबल दसन तकदीर दा क्योंकि एथलीट है जी वो, सो जिन्नियां भी ऑन फील्ड रेसेस सीगियां मैनूं लगदा कि वो वधिया शूट होईयां जी, बहुत बलजीत भाजी ने टाइम लैके बहुत टका के शूट कीते जी। देखो मैं सीन तो सारे वधिया पर इस चक्कर है कि जिद्दां तुसीं कहिंदे तालियां पैणगियां, तालियां तां नहीं पैणगियां, तालियां पैणगियां। दर्शकों सारे ने की मैसेज देना क्योंकि फिल्म बहुत बड़ी है, बहुत बड़ी फिल्म है, एक जिम्मेवारी भी है थोड़ी सारी स्टारकास्ट के उत्ते भी, पूरी फिल्म की टीम के उत्ते भी एक बहुत वड्डी जिम्मेवारी है जिसनों तुसी रिप्रेजेंट करन जा रहे हो, तो ये एक अपने आप दे विच बहुत वड्डी फिल्म है। सो की कहना तुसी दर्शकों? अरे जी मैं हंबल मोशन पिक्चर की सारी टीम वालों, साडी फिल्म की सारी टीम वालों, साडे सारे वालों तुहानू सारयां नू अपील करनी चाहुंदा कि माँ फिल्म का तुसी ट्रेलर मैनू लगता कि देख लिया होना, जे नहीं देखा तो पहले ट्रेलर देखो, तो मैनू लगता कि ट्रेलर देखने तो बाद थोड़ा मन बन जूगा जरूर फिल्म देख के आने का, क्योंकि 6 मई नू फिल्म आनी है जी, तो 8 मई नू मदरस डे आ, सो मदरस डे वाला वीकेंड आ, सारे छुट्टी भी होगी, तो मैं लगता कि तुम अपने पेरेंट्स नू नाल लिजा के उन्हें डेडिकेट करो ये फिल्म, तो जिदा मैं पहला भी कहा कि सानू लगता कि जो थिएटर तो तुम बाहर निकलोगे तो तुम अपने मापियां के होर नज़दीक अपने आप को पाओगे, बहुत रिलेटेबिलिटी हैगी फिल्म के दिव्या जी, बड़ी देर बाद पंजाबी सिनेमे के उन्होंने इन्ना वड्डे करैक्टर आ जिहड़ा अदा कर रहे, इस टीम ने पहला अरदास ते अरदास करां वर्गियां बेहतरीन फिल्मां पंजाबी सिनेमे नूं दित्तियां, सो असीं बड़े आसवंद हाँ कि फिल्म जिदा साडे ट्रेलर नूं बहुत प्यार कर रहे लोग, तो सानूं लगता कि फिल्म नूं भी भरमा हुंगारा मिलेगा। हाँ जी जी। अच्छा आखिर दे विच क्योंकि फिल्म दे विच गाने बेहद सुकून देने वाले ने, बेहद प्यारे गीत ने इस फिल्म दे, सो एक
एक गीत जेकर थोड़े चो कोई भी गुनगुनाना चाहो साडे को दो दो सिंगर है बोलो दो गुनगुनाओ देखो मेनू थोनू पता ना बखार जेड़ा कोई भी दो दो सिंगर ग्रेट एक्टर ग्रेट सिंगर मीठी मीठी आवाज हां जी फिल्म फिल्म आज ही गाना एक रिलीज हुआ है हां जी 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 ठीक है मेरे ख्याल से दो बाकी पता नहीं थोड़ी अपनी मर्जी हाँ जी नहीं नहीं मर्जी वाली गल सर तुसी वड्डे हो पर इस फिल्म दे जिन्ने भी गाने नहीं सारे प्लेबैक दे उपर चलणगे है ना सो सरदूल भाजी दे अमर नूरी जी दा भी गाना हैगा है ना सो हाँ जी वो सानू उम्मीद है कि सारे मतलब गाने जिहड़े आए आ दो उन्हां नूं बहुत प्यार मिल रहा तो मैं क्योंकि ये कोई गाना नहीं गाया तो मैं एक पहला गाना लिखा सीगा जदों सॉरी आस्ट्रेलिया दे विच मैं सीगा एज़ अ स्टूडेंट ता माँ दे लई गाना लिखा सीगा ना वो मैं कोशिश करदा सुनाउण दी रूप रब दाने मावां हुंदियां रूप रब दाने मावां हुंदियां पैरां च स्वर्ग वसे हां पैरां च स्वर्ग वसे हाए सदा दिल च दुआवां हुंदियां सदा दिल च दुआवां हुंदियां थैंक यू सो ए सी जी माँ फिल्म दी स्टार कास्ट सो उम्मीद करते हैं कि थोनू पेशकारी पसंद आई होगी हुण मैनू यानी कि शिखा संधीर नू दे दो इजाजत धन्यवाद